500 रुपया दो, 2 इंच कद बधाओ, जे ना कद बधिया तो 10 लाख रुपया साडे कोलों लैके जाओ। लो जी, बहुत वड्डी शख्सियत बैठी है भी दुनिया ते, कोई भी इन्हां नूं चैलेंज कर सकदा ते असीं कवर करन आए होए आ इह चीज़ नूं। भी 500 रुपया दो, 2 इंच कद बधाओ, जे नहीं वधदा तां किन्ना 10 लाख रुपया 10 लाख रुपया साडे कोलों लैके जाओ। सारे वर्ल्ड नूं चैलेंज है, सारे वर्ल्ड नूं। लो जी, इह बंदे आए, 500 रुपया दिओ, 2 इंच कद बधाओ, जे ना कद बधिया तां 10 लाख रुपया साडे कोलों लैके जाओ। पूरी चंगी तरीके नाल महा तुसी 10 लाख रुपया ले जाओ, जे कद ना वधिया तां चलो ठीक है, देख लो जी, देख लो करो ट्राई, दस जे कद ना वधिया लो जी, लो 500 रखूगा, 500 रुपया दो, 2 इंच कद बधाओ, जे ना कद बधिया तां 10 लाख रुपया साडे कोलों लैके जाओ। चलो जी, लो जी, अंदर जाओ, तुसीं अंदर जाओ, अंदर जाओ, जाओ जाओ जी, वधा आओ कद, ते कद तुहाडा मिणिया होया जी, आ जाओ जी अगे, ठीक है, असीं वी करा लैणे बस। हां, एक मिंट जी, आ जाण मैनूं, ते मैनूं इक गल दसो वी, जिहड़े बंदे अंदर जा रहे ने उहनां ते कद तुसीं लिख के रख्या पहलां इत्थे वी इन्ना? देखो जी, कद तां अगले नूं पता ही है, ठीक है, हरेक बंदा नहीं ऐ किवें नहीं, अंदर कैमरे लगे होए ने, साडे कोले सारा सिस्टम है जी, जे कोई बंदा मुकर गया मेरा कद नहीं वधिया, असीं देणदार, ठीक है, 10 लाख रुपया लै जी, कोई जे दोगे 10 लाख दी हैगी जाना तां दस दे, जे नहीं वधदा नहीं, ओ तां गया जी, ओ तां फीस है फिर, जां तां तुसीं कद वधा लो, जे नहीं वधिया तां लो 10 लाख रुपया, ओ कद तां वधजूगा पर औखा है। अच्छा, औखा है ਤਾਂ ਤੁਸੀਂ ਮੈਨੂੰ ਐ ਦੱਸੋ, ਦੇਖਣ ਯੋਗ ਆਹ ਉਮਰ ਕੇ ਤੁਸੀਂ ਕਦ ਵਧਾ ਕੇ ਕੀ ਲੈਣਾ? ਇਹ ਸਾਰੇ ਜੀ ਕਦ ਵਧਾਉਣ ਵਾਲੇ ਨਹੀਂ ਹੈਗੇ, ਸਾਰੇ ਮੈਨੂੰ ਲੱਗਦਾ 10 ਲੱਖ ਜਿੱਤਣ ਵਾਲੇ ਲੱਗਦੇ। ਲਓ ਜੀ, ਉਹ ਆ ਗਏ, ਇਧਰੋਂ ਦੂਜੇ ਬੰਦਾ ਵੀ ਆ ਗਿਆ, 10 ਲੱਖ ਜਿੱਤ, ਇਹਨਾਂ ਨੂੰ ਵੀ ਪੁੱਛ ਲਓ ਕੈਮਰਾਮੈਨ ਸਾਹਿਬ। ਹਾਂਜੀ ਹਾਂਜੀ, ਇਸ ਤੇ 500 ਹੀ ਛੱਡੇ ਜੀ, 500 ਛੱਡਤਾ, ਹਾਂ ਇੱਥੇ ਕਰੀ ਜਾਂਦੇ, ਉਹਦਾ ਬੜਾ ਔਖਾ ਕੰਮ। ਅੱਛਾ ਜੀ, ਲੈ ਜੀ, ਮੇਰਾ ਵੀ ਕਰੋ, ਲੈ ਆ ਜਾ ਜਾ ਜਾ, ਲੈ 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 ਜਾਓ ਜੀ, ਜਾਓ ਅੰਦਰ, ਲੈ ਵਧਾ ਲਓ ਜੀ, ਠੀਕ ਹੈ, 500 ਰੁਪਿਆ ਦਿਓ, 2 ਇੰਚ ਕੱਦ ਵਧਾਓ, ਜੇ ਨਾ ਵਧਿਆ ਤਾਂ 10 ਲੱਖ ਰੁਪਇਆ ਲੈ ਕੇ ਜਾਓ। 10 ਲੱਖ ਰੁਪਇਆ, 10 ਲੱਖ ਰੁਪਇਆ ਆ ਬੈਠੇ ਆ ਭਾਈ ਦੇ, ਨਹੀਂ ਕੋਈ ਨਹੀਂ ਲੈ ਜਾ ਸਕਦਾ। ਮੈਂ ਕਹਿੰਦਾ ਵੀ ਸਾਰੀ ਦੁਨੀਆ ਤੇ ਸਾਡਾ ਚੈਲੰਜ ਹੈ ਜੀ, ਸਾਰੀ ਦੁਨੀਆ ਨੂੰ ਸਾਡਾ ਚੈਲੰਜ ਹੈ, ਕੋਈ ਮਰਜ਼ੀ ਕਹਿੰਦਾ ਕਹਾਉਂਦਾ ਬੰਦਾ ਆ ਜੇ, ਠੀਕ ਹੈ, 2 ਇੰਚ ਕੱਦ ਵਧੂਗਾ। ਅੱਛਾ, ਉਹ ਵੀ ਗਏ ਹੋਏ ਨੇ ਅੰਦਰ, ਮੈਨੂੰ ਲੱਗਦਾ ਵੱਧ ਗਏ ਉਹਨਾਂ ਦਾ ਤਾਂ ਕੱਦ। ਹਾਂ ਹਾਂ, 2 ਇੰਚ ਕੱਦ ਵਧੂਗਾ, ਜੇ ਨਾ ਵਧਿਆ, ਦੇਖੋ ਜੇ ਤਾਂ ਇਹਨਾਂ ਨੇ ਆਪਦਾ ਵਧਾਈ ਨਹੀਂ ਕੱਦ, ਉਹ ਚ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ, ਠੀਕ ਹੈ, ਜੇ ਵਧਾਉਣਾ ਤਾਂ ਅਸੀਂ ਜ਼ਿੰਮੇਵਾਰ, ਠੀਕ ਹੈ, ਠੀਕ ਹੈ, ਅਸੀਂ ਬੈਠੇ ਆ, ਠੀਕ ਹੈ, ਠੀਕ ਹੈ, ਠੀਕ ਹੈ, ਹਾਂ ਤੇ ਅਸੀਂ ਬੈਠੇ ਹਾਂ, ਉਹ ਚੀਜ਼ ਅੰਦਰ ਲੱਗ ਰਹੇ ਨੇ, ਕੋਸ਼ਿਸ਼ ਕਰਨ ਉਹਨਾਂ ਨੂੰ, ਮੈਂ ਪੁੱਛ ਲੈਣਾ ਆ ਗਿਆ, ਨਾ ਐ ਅੰਦਰ ਨਹੀਂ ਜਾਣ ਦਿੰਦੇ, ਨਹੀਂ ਅਸੀਂ ਨਹੀਂ ਜਾਣ ਦਿੰਦੇ ਸੀ, ਨਾ ਨਾ ਅਸੀਂ ਇੱਥੇ ਹੀ ਪੁੱਛਾਂਗੇ, ਨਾ ਨਾ ਨਹੀਂ, ਅਸੀਂ ਅੰਦਰ ਨਹੀਂ, ਅੰਦਰ ਨਹੀਂ ਜਾਣ, ਅਸੀਂ ਪੈਸੇ ਜਮ੍ਹਾਂ ਕਰਾ ਕੇ ਜਾਵਾਂਗੇ ਨਾ, ਪੈਸੇ ਜਮ੍ਹਾਂ ਕਰਾ ਕੇ, ਪੈਸੇ ਜਮ੍ਹਾਂ ਕਰਾਓ, ਫਿਰ ਕੈਮਰਾ ਤੁਹਾਡਾ ਪਰਦਾ ਵੀ ਫਾਸ਼ ਕਰਦੀ ਹੈ, ਨਹੀਂ ਪਰਦਾ, ਦੇਖੋ ਜੇ ਅਸੀਂ ਝੂਠੇ ਹੋਏ, ਸਾਡੀਆਂ ਛੋਡੀਆਂ ਜੁੱਤੀਆਂ ਸਾਡਾ ਸਿਰ, ਠੀਕ ਹੈ, ਠੀਕ ਹੈ, ਜੇ ਅਸੀਂ ਝੂਠੇ ਹੋਏ ਤਾਂ, ਠੀਕ ਹੈ, ਹਾਂਜੀ, ਆ ਗਏ, ਤੁਸੀਂ ਕੀ ਬਣਦੇ, ਵੱਧਿਆ ਕਰਦੇ ਅੰਦਰ ਬਾਈ, ਕੱਦ ਫਿਰ ਉੱਤੇ ਜਾ ਕੀ ਵਧੂ, ਉੱਤੇ ਜਾ ਕੇ, ਉੱਤੇ ਮਤਲਬ ਕਿਤੇ ਉੱਪਰ ਚੜਨਾ ਪੈਂਦਾ, ਹਾਂ ਉੱਤੇ ਚੜਨਾ ਪਊਗਾ ਜੀ, ਦੇਖੋ ਅਸੀਂ ਮਸ਼ੀਨ ਇਹੀ ਜੀ ਲਾਈ ਹੋਈ ਹੈ ਅੰਦਰ, ਠੀਕ ਹੈ, 2 ਇੰਚ ਕੱਦ ਵਧਾ ਦੂਗੀ, ਆ ਜਾਓ ਜੀ, ਫਿਰ ਜਾਂ ਤਾਂ 10 ਲੱਖ ਜਿੱਤਾਂਗੇ ਜਾਂ ਫਿਰ ਕੱਦ ਵਧੂਗਾ, ਅਤੇ ਅਸੀਂ ਜਾਂਦੇ ਹਾਂ, ਠੀਕ ਹੈ, ਆ ਜਾਓ ਜੀ, ਹਾਂ ਆ ਜਾਓ, ਆਪਾਂ ਸਾਰੇ ਇਕੱਠੀ ਦੇਖ ਲੈਂਦੇ, ਉਹਨਾਂ ਨੂੰ ਵੀ ਬੁਲਾ ਜਾਓ, ਆ ਜਾਓ, ਇਹ ਬੈਦ ਬੈਠੇ ਨੇ, ਇਹਨਾਂ ਦਾ ਇਹ ਬੈਦ ਨੇ ਜੀ, ਅੱਛਾ ਦਿਖਾ ਦਿਓ ਜੀ, ਇਹ ਨੁਕਤਾ ਹੈ ਨਾ, ਠੀਕ ਹੈ, ਜਿਹੜਾ ਇਹ ਕੱਦ ਵਧਾਉਣ ਦਾ, ਇਹਨਾਂ ਦਾ, ਇਹਨਾਂ ਦਾ ਨੁਕਤਾ ਹੈ, ਠੀਕ ਹੈ, ਇੱਧਰ ਕੀ ਲੱਗਿਆ ਹੋਇਆ ਜੀ, ਆ ਸਾਡਾ ਸਿਸਟਮ ਲਾਇਆ ਹੋਇਆ ਜੀ, ਇਹ ਸਿਸਟਮ ਤੇ ਕੀ ਕਰਨਾ ਜੀ, ਇਹ ਤੇ ਤੁਸੀਂ ਜੀ 2 ਮਿੰਟ ਲੌਂਕਣਾ ਗਲ ਚ ਪਾ ਕੇ, ਅੱਛਾ, ਠੀਕ ਹੈ, ਜੇ ਨਾ ਕੱਦ ਵਧਿਆ ਉਤਰ ਕੇ ਸਾਨੂੰ ਕਹਿ ਦਿਓ, ਤੇ 2 ਮਿੰਟ ਲੰਕ ਜਾਂਦੇ ਆ ਜੀ, ਕਿ ਜਾਨ ਨਿਕਲ ਜੂ 2 ਮਿੰਟ ਲੰਕਣਾ, ਦੇਖ ਲੈ ਲੱਗ ਕੇ ਹੋਣਾ ਨਹੀਂ, ਤਾਂ ਤੁਸੀਂ ਇਹ ਦੇਖ ਲਓ, ਦੇਖੋ ਅਸੀਂ ਕੱਦ ਵਧਾਉਣ ਦੀ ਗੱਲ ਕਰੀਏ, ਮਰਨ ਜੰਮਣ ਦਾ ਸਾਡਾ ਕਿਸੇ ਨਾਲ ਕੋਈ ਲੈਣਾ ਦੇਣਾ, ਇਹ ਤਾਂ ਫਿਰ ਧੱਕੇ ਹੀ ਹੋ ਜੂ ਜੀ, ਮਤਲਬ ਠੀਕ ਹੈ, ਕਿ ਗਾਲ ਘੁੱਟ ਜੂ, ਹੈ ਫਿਰ ਤਾਂ 500 ਮੈਨੂੰ ਲੱਗਦਾ ਸਾਨੂੰ ਵੀ ਛੱਡਣਾ ਪਊਗਾ ਜੀ, ਇਹਦਾ ਮੀਡੀਆ ਨੂੰ ਚੈਲੰਜ ਹੋ ਗਿਆ ਬਹੁਤ ਵੱਡਾ, ਤੇ ਗੱਲ ਇਹ ਹੈ ਜੀ, ਠੀਕ ਹੈ, ਇਹਦੇ ਨਾਲ 2 ਇੰਚ ਕੱਦ ਵੱਧਦਾ ਜਾਂਦਾ, ਪਰ ਇਹ ਕਿਸੇ ਕੰਮ ਨਹੀਂ ਆਉਣਾ, ਠੀਕ ਹੈ, ਪਰ ਵੱਧ ਜੂਗਾ ਨਾ, ਆਪਦਾ ਸਰੀਰ ਖਰਾਬ ਹੁੰਦਾ ਜੀ,
ਤੇ ਧਿਆਨ ਰੱਖੋ ਕੱਦ ਤਾਂ ਕਿਸੇ ਤਰੀਕੇ ਨਾਲ ਵੱਧਦੇ ਨੇ ਲੁੱਟ ਤੋਂ ਬਚੋ ਠੀਕ ਹੈ ਆਹੀ ਤਰੀਕਾ ਇਹਦੇ ਨਾਲ ਜੇ ਕੱਦ ਵੱਧ ਗਿਆ ਕੰਮ ਨਹੀਂ ਆਉਂਦਾ ਬਸ ਗੱਲ ਇਹ ਹੈ ਵੀ ਜਿਵੇਂ ਹੁਣ ਇਹ ਇਹਨਾਂ ਦੇ ਮਗਰ ਜਿਵੇਂ ਠੀਕ ਹੈ ਔੜੀਆਂ ਲੱਗ ਜਾਂਦੀ ਹੈ ਵੀ 500 ਦੇ ਕੇ ਵਧਾ ਲੈਣੇ ਆ ਹਰੇਕ ਬੰਦਾ ਝਾਸੇ ਜਾ ਜਾਂਦਾ ਹਾਂ ਵੀ 1000 ਠੀਕ ਹੈ ਇਹੋ ਜਿਹੇ ਝਾਸੇ ਚ ਲਾਓ ਠੀਕ ਹੈ ਕੱਦ ਤਾਂ ਕਦੇ ਵੱਧ ਹੀ ਨਹੀਂ ਠੀਕ ਹੈ ਸ਼ਰਮਾ ਜੀ ਦਾ ਵਧਾ ਨਾ ਦੇਈ ਵਧਾ ਦਈਏ ਵੱਧ ਕੇ ਲੱਗਦਾ ਇਹਨਾਂ ਦਾ ਕੱਦ ਤੇ ਵੀਡੀਓ ਸ਼ੇਅਰ ਕਰ ਦਿਓ ਜੀ ਸਾਰੇ ਤਾਂ ਕਿ ਕੋਈ ਫਸੇ ਨਾ ਕਿਸੇ ਵੀ ਤਰੀਕੇ ਨਾਲ ਜਿਹੜੀ ਚੀਜ਼ ਕੁਦਰਤ ਨੇ ਦੇਤੀ ਉਹਨੂੰ ਕੋਈ ਬਦਲ ਨਹੀਂ ਬਦਲ ਨਹੀਂ ਸਕਦਾ।